ਮਿਰਾਜ ਸ਼ਰੀਫ ਵਾਲੀ ਰਾਤ ਸਰਕਾਰ ਜਦੋਂ ਵਾਪਸ ਤਸ਼ਰੀਫ ਲੈ ਆਏ ਨਾ ਤੇ ਸੁਬਹਾ ਨੂੰ ਅਬੂ ਜਹਿਲ ਨਾਲ ਮੁਲਾਕਾਤ ਹੋ ਗਈ। ਕਿਹਦੇ ਨਾਲ ਬੋਲੋ? ਅਸਲ ਗੱਲ ਇਹ ਵੇ ਕਿ ਜਿਹੜੀ ਅਬੂ ਜਹਿਲ ਨਾਲ ਮੁਲਾਕਾਤ ਮੇਰੇ ਆਕਾ ਦੀ ਸੁਬਹਾ ਸੁਬਹਾ ਹੋਈ, ਅਸਲ ਹਕੀਕਤ ਬਾਤ ਇਹ ਵੇ ਕਿ ਦੋ ਬੰਦਿਆਂ ਦੀ ਬੰਦੇ ਉੱਤੇ ਹਰ ਵੇਲੇ ਨਜ਼ਰ ਹੁੰਦੀ ਹੈ। ਦੋ ਐਸੇ ਬੰਦੇ ਨੇ, ਉਹਨਾਂ ਦੀ ਮੇਰੇ 'ਤੇ ਵੀ ਨਜ਼ਰ ਹੈ। ਤੁਸੀਂ ਜਿਤਨੇ ਭਾਈ ਸਾਹਿਬ ਸਾਥੀ ਬੈਠੇ ਹੋ, ਤੁਹਾਡੇ ਉੱਤੇ ਵੀ ਦੋ ਬੰਦਿਆਂ ਦੀ ਹਰ ਵੇਲੇ ਨਜ਼ਰ ਹੈ। ਇਹ ਕਿਤਾਬੀ ਗੱਲ ਨਹੀਂ, ਇਹ ਮੇਰੇ ਤਜਰਬੇ ਦੀ ਬਾਤ ਹੈ। ਮੈਂ ਜਦੋਂ ਅਰਜ਼ ਕਰਾਂਗਾ ਤੁਹਾਡਾ ਦਿਲ ਤਸਲੀਮ ਕਰੇਗਾ ਕਿ ਮੁਲਾਜ਼ਮ ਹੁਸੈਨ ਠੀਕ ਆਉਂਦਾ। ਤੁਹਾਡੇ ਸੱਜਣ ਦੀ ਵੀ ਹਰ ਵੇਲੇ ਤੁਹਾਡੇ 'ਤੇ ਨਜ਼ਰ ਹੈ, ਤੁਹਾਡੇ ਦੁਸ਼ਮਣ ਦੀ ਵੀ ਹਰ ਵੇਲੇ ਤੁਹਾਡੇ 'ਤੇ ਨਜ਼ਰ ਹੈ। ਕਈ ਵਾਰੀ ਵੇਖਿਆ ਕਿ ਤੁਹਾਡੇ ਘਰ ਦੇ ਸਾਹਮਣੇ ਗੱਡੀ ਆ ਕੇ ਖਲੋ ਗਈ ਹੈ, ਤੁਹਾਡਾ ਕੋਈ ਬੇਲੀ ਚੰਗੀ ਗੱਡੀ 'ਚ ਆਇਆ ਹੈ, ਦੁਸ਼ਮਣ ਤੁਹਾਨੂੰ ਦੱਸੇਗਾ ਵੀ ਪਤਾ ਨਹੀਂ ਇਹ ਗੱਡੀ ਵਾਲਾ ਕੌਣ ਸੀ ਬਈ ਪਰਾਉਣਾ, ਕਿਉਂਕਿ ਉਹਦੀ ਹਰ ਵੇਲੇ ਨਜ਼ਰ ਹੀ, ਉਹ ਤਾਂ ਸੜਦਾ ਹਰ ਵੇਲੇ ਅਸਰ ਕਰਦਾ, ਉਹਨੂੰ ਤਾਂ ਬੰਦਾ ਨਹੀਂ ਨਾ ਪਾਉਂਦਾ। ਤੁਹਾਨੂੰ ਕਿਸੇ ਇੱਜ਼ਤ ਨਾਲ ਸਲਾਮ ਕੀਤਾ ਦੁਸ਼ਮਣ ਨੂੰ ਪਤਾ ਹੈ, ਤੁਹਾਡਾ ਕਿਸੇ ਇਹਤਰਾਮ ਕੀਤਾ ਦੁਸ਼ਮਣ ਨੂੰ ਪਤਾ, ਉਹਦੀ ਨਜ਼ਰ ਹੈ ਤੁਹਾਡੇ 'ਤੇ, ਪਿਆਰ ਵਾਲੇ 'ਤੇ ਵੀ ਨਜ਼ਰ ਹੈ। ਲੇਕਿਨ ਨਜ਼ਰ ਨਜ਼ਰ ਵਿੱਚ ਫਰਕ ਹੈ। ਦੁਸ਼ਮਣ ਜਦੋਂ ਵੇਂਦਾ ਹਸਰ ਦੀ ਨਿਗਾਹ ਨਾਲ ਤੇ ਸੱਜਣ ਜਦੋਂ ਵੇਂਦਾ ਪਿਆਰ ਤੇ ਮੁਹੱਬਤ ਦੀ ਨਿਗਾਹ ਨਾਲ। ਨਜ਼ਰ ਅਬੂ ਜਹਿਲ ਦੀ ਵੀ ਹਜ਼ੂਰ ਦੀ ਜ਼ਾਤੇ ਪਾਕ ਉੱਤੇ ਹਰ ਵੇਲੇ ਸੀ, ਨਜ਼ਰ ਸਿਦੀਕ ਪਾਕ ਦੀ ਵੀ ਮੇਰੇ ਨਬੀ ਤੇ ਹਰ ਵੇਲੇ ਸੀ। ਲੇਕਿਨ ਅਬੂ ਜਹਿਲ ਜਦੋਂ ਵੇਂਦਾ ਸੀ ਹਸਦ ਤੇ ਬੁਗਲ ਦੀ ਵਜ੍ਹਾ ਨਾਲ ਵੇਂਦਾ ਸੀ, ਤੇ ਸਿਦੀਕ ਪਾਕ ਜਦੋਂ ਵੇਂਦੇ ਸਨ, ਸਿਦੀਕ ਨੇ ਤੇ ਖੈਸ਼ ਹੀ ਇਹ ਦੱਸੀ। ਸਾਈਆਂ ਫਰਮਾਇਆ, ਪਿਆਰੇ ਅਬੂ ਬਕਰ ਆਪਣੀ ਹਸਰਤ ਤੇ ਖੈਸ਼ ਦੱਸ। ਅਰਜ਼ ਕੀਤੀ, ਆਕਾ ਮੇਰੇ ਦਿਲ ਵਿੱਚ ਹਸਰਤ ਏ ਵੇ, ਮੈਂ ਚਾਹੁੰਦਾ ਕਿ ਸ਼ਾਲਾ ਕਰੇ ਹਰ ਵੇਲੇ ਚਿਹਰਾ ਤੇਰਾ ਹੋਵੇ, ਅੱਖ ਸਿਦੀਕ ਦੀ ਹੋਵੇ, ਤੂੰ ਬੈਠਾ ਰਵੇ ਤੇ ਮੈਂ ਤੇਰਾ ਚਿਹਰਾ ਵੇਂਦਾ ਰਵਾਂ। ਆਏ ਹਾਏ, ਜ਼ੁਬਾਨ ਜ਼ਰਾ ਜ਼ਿਹਨ ਵਿੱਚ ਰੱਖੀ, ਜ਼ੁਬਾਨ ਵਾਲੀ ਗੱਲ ਜ਼ਿਹਨ 'ਚ ਰੱਖੀ। ਮੈਂ ਜ਼ੁਬਾਨ ਉੱਤੇ ਕੁਝ ਬਾਤਾਂ ਪਿਆ ਕਰਨਾ। ਅਬੂ ਜਹਿਲ ਮਿਲ ਪਿਆ ਸਰਕਾਰ ਨੂੰ, ਮੇਰੇ ਆਕਾ ਅਲੈ ਸਲਾਮ ਦੀ ਜ਼ਾਤੇ ਪਾਕ ਨੂੰ ਉਸ ਵੇਖਿਆ ਤੇ ਵੇਖ ਕੇ ਕਹਿਣ ਲੱਗਿਆ, ਐ ਮੁਹੰਮਦ ਬਿਨ ਅਬਦੁੱਲਾ ਸੱਲੱਲਾਹੋ ਅਲੈਹੇ ਵਾਲਹੀ ਵਸੱਲਮ, ਕੋਈ ਨਵੀਂ ਬਾਤ ਸੁਣਾ। ਮੇਰੀ ਸਰਕਾਰ ਨੇ ਫਰਮਾਇਆ ਵੀ ਚਾਚਾ ਰਾਤ ਤੇ ਫਿਰ ਹੱਦ ਮੁੱਕ ਗਈ ਤੇ ਇੰਤਹਾ ਹੋ ਗਈ, ਮੈਂ ਹਜ਼ਰਤ ਉਮੇ ਆਨੀ ਦੇ ਕਾਰ ਆਰਾਮ ਫਰਮਾ ਸਾਂ, ਤੇ ਜਨਾਬੇ ਜਬਰੀਲ ਆ ਗਏ, ਉਹਨਾਂ ਮੇਰੇ ਕਦਮਾਂ ਨੂੰ ਚੁੰਮਿਆ, ਮੇਰੀ ਤਲੀਆਂ ਨੂੰ ਬੋਸਾ ਦਿੱਤਾ, ਅੱਲਾ ਦਾ ਪੈਗਾਮ ਲੈ ਆਏ, ਤੇ ਨਾਲ ਬੁਰਾਕ ਸੀ, ਮੈਂ ਬੁਰਾਕ ਤੇ ਬੈਠਾ। ਰਸਤੇ ਦੇ ਅੰਦਰ ਮਸਜਿਦ ਅਕਸਾ ਆ ਗਈ, ਮੈਂ ਸਾਰੇ ਨਬੀਆਂ ਨੂੰ ਇਮਾਮਤ ਕਰਾਈ, ਫਿਰ ਮੈਂ ਲਾ ਮਕਾਨਾਂ ਤੇ ਗਿਆ, 90,000 ਗੱਲ ਹੋਈ, 18,000 ਸਾਲ ਦੀ ਰਾਤ ਲੰਘ ਗਈ, 50 ਨਮਾਜ਼ਾਂ ਮਿਲੀਆਂ, ਹਜ਼ਰਤ ਮੂਸਾ ਰਸਤੇ ਵਿੱਚ ਮਿਲੇ ਤੇ 45 ਮਾਫ਼ ਤੇ ਬਾਕੀ 5 ਰਹਿ ਗਈਆਂ। ਤੇ ਚਾਚਾ ਜਦੋਂ ਮੈਂ ਵਾਪਸ ਆਇਆ, ਕੁੰਡੀ ਹਿਲਦੇ ਰਹੀ, ਬਿਸਤਰਾ ਗਰਮ ਰਿਹਾ, ਤੇ ਮੈਂ ਗਿਆ ਵੀ ਤੇ ਵਾਪਸ ਆਇਆ। ਅਬੂ ਜਹਿਲ ਦੀ ਇਹ ਸਾਰੀ ਸਰਕਾਰ ਦੀ ਬਾਤ ਅਕਲ ਵਿੱਚ ਨਹੀਂ ਆਈ। ਉਹ ਦੌੜਿਆ, ਉਸ ਆ ਗਿਆ ਜੀ ਅੱਜ ਸਿੱਦੀਕ ਅਕਬਰ ਨਾਲ ਗੱਲ ਕਰਨੇ ਆ ਹਰ ਵੇਲੇ। ਉਹ ਵੱਧ ਵੱਧ ਕੇ ਮੁਸਲਮਾਨਾਂ ਦੇ ਨਬੀ ਦੀਆਂ ਬਾਤਾਂ ਕਰਦਾ ਤੇ ਆਪਣੇ ਸੱਜਣ ਦੀਆਂ ਗੱਲਾਂ ਕਰਦਾ। ਉਹ ਆਂਦਾ ਕਿ ਮੇਰਾ ਨਬੀ ਹੈ, ਮੈਂ ਤੇ ਇਮਾਨ ਲੈ, ਅੱਜ ਕਰਨੇ ਆ ਗੱਲ। ਇਹ ਗੱਲ ਅਕਲ ਵਿੱਚ ਹੀ ਨਹੀਂ ਆਉਂਦੀ
ਕਿ ਰਾਤ ਦੇ ਥੋੜੇ ਹਿੱਸੇ ਵਿੱਚ ਬੰਦਾ ਲਾ ਮਕਾਨਾਂ ਤੇ ਜਾਏ ਤੇ 18,000 ਸਾਲ ਦੀ ਰਾਤ ਲੰਘ ਜਾਏ ਤੇ ਵਾਪਸ ਆਏ। ਉਸ ਅੱਗੇ ਗੂੜਾ ਬੇਲੀਏ ਸਿੱਦੀਕ ਅਕਬਰ, ਇਹ ਗੱਲ ਤੇ ਅਬੂ ਜਹਿਲ ਵੀ ਜਾਣਦਾ ਹੈ ਕਿ ਅਗਰ ਮੁਹੰਮਦ ਦਾ ਕੋਈ ਗੂੜਾ ਸੱਜਣ ਏ ਉਹਦਾ ਨਾਂ ਸਿੱਦੀਕ ਅਕਬਰ ਏ ਆਇਆ। ਮੈਂ ਹੁਣ ਤੱਕ ਤੁਹਾਡੇ ਕੋਲੋਂ ਦਾਦ ਨਹੀਂ ਮੰਗੀ, ਲੇਕਿਨ ਇੱਕ ਲਫ਼ਜ਼ ਦੀ ਮੈਂ ਦਾਦ ਮੰਗਣਾ ਚਾਹੁੰਦਾ। ਆ ਮੈਂ ਲਫ਼ਜ਼ ਆਖਾਂ, ਤੁਹਾਡੇ ਕਲੇਜੇ ਠੰਡ ਪਵੇ, ਤੁਸੀਂ ਇੰਨਾ ਬੋਲੀਓ ਮਹਿਫਲ ਜੰਨਤ ਬਣ ਜਾਏ। ਅੱਲਾ ਦੀ ਇਸ ਕਾਇਨਾਤ ਵਿੱਚ ਮੇਰੇ ਨਬੀ ਦੇ ਤਕਰੀਬਨ 1.25 ਲੱਖ ਸੁਹਾਬਾ ਨੇ। ਮੇਰੇ ਨਬੀ ਦੇ ਸਾਰੇ ਸੁਹਾਬਾ ਇੱਜ਼ਤ ਵਾਲੇ, ਅਜ਼ਮਤ ਵਾਲੇ, ਮਰਤਬੇ ਵਾਲੇ, ਲੇਕਿਨ ਮੇਰੇ ਨਬੀ ਦੇ ਉਹਨਾਂ ਸਾਰੇ ਸੁਹਾਬਾ ਵਿੱਚੋਂ ਯਾਰੇ ਗਾਰ ਸਿਰਫ ਇੱਕ ਏ। ਅਹਿਲੇ ਸੁਨਤ ਦਾ ਅਕੀਦਾ ਤੇ ਇਮਾਨ ਵੇਖੋ, ਮੇਰੇ ਸੱਚੇ ਨਬੀ ਦੀਆਂ ਸੱਚੀਆਂ ਧੀਆਂ ਵੀ ਚਾਰ। ਮੈਂ ਇੱਕ ਵਾਰੀ ਫੇਰ ਅਰਜ਼ ਕਰਨਾ, ਸਾਡੇ ਸੱਚੇ ਨਬੀ ਦੀਆਂ ਸੱਚੀਆਂ ਬੇਟੀਆਂ ਵੀ ਚਾਰ, ਸਾਡੇ ਸੱਚੇ ਨਬੀ ਦੇ ਸੱਚੇ ਯਾਰ ਵੀ ਚਾਰ। ਅਸੀਂ ਮੁਹੰਮਦ ਦੇ ਸਾਰੇ ਯਾਰਾਂ ਦਾ ਵੀ ਇਹਤਰਾਮ ਕਰਨੇ ਆ, ਮੁਹੰਮਦ ਦੇ ਸਾਰੇ ਰਿਸ਼ਤੇਦਾਰਾਂ ਦਾ ਵੀ ਇਹਤਰਾਮ ਕਰਨੇ ਆ। ਇਹ ਅਬੂ ਜਹਿਲ ਦੌੜੇ ਆ ਤੇ ਆ ਕੇ ਇਸ ਜਨਾਬੇ ਸਿੱਦੀਕ ਪਾਕ ਦੀ ਬਾਰਗਾਹ ਵਿੱਚ ਇੱਕ ਇਸ ਆ ਕੇ ਅਰਜ਼ ਕੀਤੀ। ਹੋ ਸਕਿਆ ਪਿਆਰੇ ਅਬੂ ਬਕਰ ਇੱਕ ਗੱਲ ਪੁੱਛਣਾ ਚਾਹੁੰਦਾ। ਸਰਕਾਰ ਫਰਮਾਇਆ ਵੀ ਦੱਸ। ਉਹਦੇ ਹੁਣ ਲਫ਼ਜ਼ ਸੁਣੋ। ਕਹਿਣ ਲੱਗਿਆ ਜੀ, ਅਗਰ ਕੋਈ ਬੰਦਾ ਆਖੇ ਵੀ ਰਾਤ ਮੈਂ ਲਾ ਮਕਾਨਾਂ 'ਤੇ ਗਿਆ, 18,000 ਸਾਲ ਦੀ ਰਾਤ ਲੰਘੀ ਏ, 90,000 ਸੋਹਣੇ ਅੱਲਾ ਨਾਲ ਮੇਰੀ ਗੱਲ ਹੋਈ ਏ ਅਤੇ 50 ਨਮਾਜ਼ਾਂ ਮਿਲੀਆਂ ਨੇ, 45 ਮਾਫ਼ ਹੋ ਗਈਆਂ ਨੇ, 5 ਲੈ ਕੇ ਮੈਂ ਵਾਪਸ ਆਇਆ, ਕੁੰਡੀ ਹਿਲਦੀ ਰਹੀ, ਬਿਸਤਰਾ ਗਰਮ ਰਿਹਾ, ਪਾਣੀ ਚੱਲਦਾ ਰਿਹਾ, ਕੋਈ ਅਗਰ ਆਖੇ ਇਹ ਅਕਲਮੰਦੀ ਏ। ਸਿੱਦੀਕ ਪਾਕ ਨੇ ਇੱਕ ਲਮ੍ਹਾ ਵੀ ਜ਼ਾਇਆ ਨਹੀਂ ਫਰਮਾਇਆ, ਫਰਮਾਇਆ ਬਿਲਕੁਲ ਇਸ ਗੱਲ ਨੂੰ ਅਕਲ ਤਸਲੀਮ ਨਹੀਂ ਕਰਦੀ, ਨਹੀਂ ਮੰਨਦੀ ਇਹ ਗੱਲ ਅਕਲ। ਅਬੂ ਜਹਿਲ ਸੋਚਿਆ ਵੀ ਲੋਹਾ ਗਰਮ ਹੈ ਅਤੇ ਮੈਨੂੰ ਇੱਥੇ ਸੱਟ ਮਾਰਨੀ ਚਾਹੀਦੀ ਹੈ, ਕੰਮ ਤਾਂ ਵਾਹਵਾ ਠੀਕ ਹੋ ਗਿਆ ਬੰਦਾ, ਤੇ ਇਹ ਮੇਰੀ ਪਾਰਟੀ ਵਿੱਚ ਹੁਣੇ ਆਇਆ, ਉਹ ਆਂਦਾ ਅਕਲ ਨਹੀਂ ਮੰਨਦੀ। ਤੇ ਕਹਿਣ ਲੱਗਿਆ ਫਿਰ ਪਿਆਰੇ ਅਬੂ ਬਕਰ, ਇਹ ਸਾਰੀਆਂ ਗੱਲਾਂ ਤੇਰਾ ਯਾਰ ਆਂਦਾ। ਸੁਭਾਨ ਅੱਲਾ, ਨਾਸ਼ਤੇ ਦੇ ਟਾਈਮ ਕਹਿ ਲਈਓ, ਕੋਈ ਨਹੀਂ ਮੈਂ ਉਧਾਰ ਕਰ ਲੈਂਦਾ। ਇਹ ਸਾਰੀਆਂ ਗੱਲਾਂ ਤੇਰਾ ਨਬੀ ਆਂਦਾ, ਇਹ ਸਾਰੀਆਂ ਗੱਲਾਂ ਤੇਰਾ ਮਹਿਬੂਬ ਆਂਦਾ, ਇਹ ਸਾਰੀਆਂ ਗੱਲਾਂ ਤੇਰਾ ਯਾਰ ਆਂਦਾ। ਪਿਆਰੇ ਅਬੂ ਬਕਰ ਨੇ ਫਰਮਾਇਆ, ਕਮੀਨਿਆ ਤੂੰ ਤੇ ਆਂਦਾ ਸੀ ਕੋਈ ਆਖੇ ਮੇਰਾ ਮਹਿਬੂਬ ਕੋਈ ਤੇ ਨਹੀਂ। ਗੱਲ ਦਾ ਮਜ਼ਾ ਲਓ ਵੀ ਕੈਸੀ ਗੱਲ ਕਰ ਗਏ ਨਾ। ਫਰਮਾਇਆ ਤੂੰ ਆਂਦਾ ਸੀ ਕੋਈ ਆਖੇ, ਅਗਰ ਕੋਈ ਆਖੇ ਤਾਂ ਬਾਤ ਗਲਤ ਏ, ਅਗਰ ਮੇਰੇ ਨਬੀ ਦੀ ਬਾਤ ਹੈ ਤੇ ਫਿਰ ਮੇਰਾ ਮਹਿਬੂਬ ਕੋਈ ਤੇ ਨਹੀਂ, ਅਗਰ ਉਹ ਫਰਮਾਉਂਦਾ ਹੱਕ ਵੀ ਹੈ ਤੇ ਸੱਚ ਵੀ ਹੈ। ਅਬੂ ਜਹਿਲ ਦੀ ਮੱਤ ਵੱਜ ਗਈ ਤੇ ਕਹਿਣ ਲੱਗਿਆ, ਪਿਆਰੇ ਅਬੂ ਬਕਰ ਗੱਲ ਸਮਝਾ, ਸਮਝ ਨਹੀਂ ਆਈ, ਅਕਲ ਤੇ ਨਹੀਂ ਮੰਨਦੀ।
ਫਰਮਾਉਂਦੇ ਨੇ ਮੈਂ ਦੁਨੀਆ ਦਾ ਹਰ ਕੰਮ ਆਪਣੀ ਅਕਲ ਨਾਲ ਕਰਨਾ। ਸਦੀਕ ਪਾਕ ਫਰਮਾਉਂਦੇ ਨੇ ਮੈਂ ਦੁਨੀਆ ਦਾ ਹਰ ਕੰਮ ਆਪਣੀ ਅਕਲ ਨਾਲ ਕਰਨਾ, ਤਿਜਾਰਤ ਕਰਨਾ ਅਕਲ ਨਾਲ, ਕਾਰੋਬਾਰ ਕਰਨਾ ਅਕਲ ਨਾਲ, ਰਿਸ਼ਤੇਦਾਰੀਆਂ ਕਰਨਾ ਅਕਲ ਨਾਲ, ਦੁਨੀਆ ਦਾ ਕੋਈ ਕੰਮ ਕਰਨਾ ਆਪਣੀ ਅਕਲ ਨਾਲ ਕਰਨਾ। ਲੇਕਿਨ ਜਦੋਂ ਮਹਿਬੂਬ ਦੀ ਬਾਤ ਆ ਜਾਂਦੀ ਹੈ, ਮੈਂ ਆਪਣੀ ਅਕਲ ਨੂੰ ਦਖਲ ਹੀ ਨਹੀਂ ਦਿੰਦਾ। ਮੇਰਾ ਮਹਿਬੂਬ ਜਿਵੇਂ ਮੂੰਹ ਵਿੱਚੋਂ ਫਰਮਾਉਂਦਾ ਜਾਂਦਾ, ਸਿੱਦੀਕ ਅਕਬਰ ਉਹਦੀ ਤਸਦੀਕ ਕਰਦਾ ਜਾਂਦਾ, ਕਿਉਂਕਿ ਮੇਰਾ ਨਬੀ ਜੋ ਫਰਮਾਉਂਦਾ ਹੱਕ ਵੀ ਹੋਵੇ ਸੱਚ ਵੀ ਹੋਵੇ, ਕਿਉਂਕਿ ਮੇਰਾ ਨਬੀ ਰੱਬ ਦੇ ਫਰਮਾਨ ਤੋਂ ਬਗੈਰ ਆਪਣੇ ਲੱਭਾਂ ਨੂੰ ਜੁੰਬਸ਼ ਵੀ ਨਹੀਂ ਦਿੰਦਾ। ਹਾਏ ਹਾਏ।